ਸਭ ਤੋਂ ਪਹਿਲਾਂ ਆਹ ਵੀਡੀਓ ਵੇਖਿਓ। ਕੱਲ ਦਾ ਜਵਾਕ ਹੈਗਾ 4 ਫੁੱਟ ਦਾ, ਉਹਨੂੰ ਕਹਿ ਵਿਆਹ ਕੇ ਕੁੜੀਆਂ ਦੇ ਦਿਲ ਲੁੱਟਦਾ। ਤੇਰੀ ਇੱਕ ਕਮੀ ਬਿੱਲੋ ਰਾਣੀ ਏ, ਹਾਂ ਤੇਰੀ ਵੱਡੀ ਕਮੀ ਬਿੱਲੋ ਰਾਣੀ ਏ, ਜਿਹੜਾ ਤੁਠਾ ਜਿਹਾ ਹੱਸੇ ਉਹਦੇ ਵਹਿਮ ਬਾਰੇ ਤਾਂ, ਬਾਕੀ ਸਾਰਾ ਗਾਣਾ ਠੀਕ ਮੁੰਡੇ ਦਾ, ਪਰ ਭੈਣ ਚੋਕੇ ਕੇ ਤੋਂ ਉਹਨੇ ਗੰਦ ਮਾਰਤਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਸਭ ਤੋਂ ਪਹਿਲਾਂ ਇਹ ਵੀਡੀਓ ਪੂਰੀ ਦੇਖਿਓ, ਸਕਿਪ ਨਾ ਕਰਿਓ। ਤੁਸੀਂ ਆਹ ਵੀਡੀਓ ਵੇਖ ਹੀ ਚੁੱਕੇ ਹੋਗੇ, ਤੇ ਉਹ ਉਹਨੇ ਕਿਹਾ ਆ ਵੀ ਗੱਭਰੂ ਦਾ ਕੱਦ 4 ਫੁੱਟ ਦਾ। ਵੀਰ ਉਹਦੀ ਉਮਰ ਹਜੇ 14 ਸਾਲ ਆ, ਤੇ ਜਿਉਂ ਜਿਉਂ ਉਹਦੀ ਉਮਰ ਵੱਡੀ ਹੋ ਗਈ ਫਿਰ ਵੇਖ ਲਈ, ਨਾਲੇ ਤੂੰ ਕੱਦ ਮਿਣ ਕੇ, ਕੱਦ ਦੀ ਗੱਲ ਕੀਤੀ ਹੈ, ਕੱਦ ਮਿਣ ਕੇ ਵੇਖ ਲਈ 4 ਫੁੱਟ ਤੋਂ ਵੱਡਾ ਹੀ ਹੋਣਾ ਆ। ਤੇ ਦੂਜੀ ਗੱਲ ਇਹ ਆ, ਤੂੰ ਦੂਜੀ ਗੱਲ ਕਹੀ ਆ ਵੀ ਅੱਲੜਾਂ ਦੇ ਦਿਲ ਲੁੱਟਦਾ। ਵੀਰ ਉਹ ਅੱਲੜਾਂ ਦੇ ਦਿਲ ਨਹੀਂ ਲੁੱਟਦਾ, ਸਾਰਿਆਂ ਦੇ ਦਿਲ ਲੁੱਟਦਾ, ਸਾਰਿਆਂ ਦੇ ਦਿਲਾਂ 'ਤੇ ਛਾਇਆ ਹੋਇਆ ਉਹ, ਸਾਰੇ ਪੰਜਾਬ 'ਚ ਛਾਇਆ ਹੋਇਆ ਵਾ, ਅਤੇ ਸਾਰਿਆਂ ਦੇ ਦਿਲ 'ਚ ਵੱਸਦਾ ਅਗਲਾ। ਅਤੇ ਦੂਜੀ ਗੱਲ ਇਹ, ਉਹਨੂੰ ਰਿਪਲਾਈ ਦੇਣ ਆ ਰਿਹਾ ਮੇਰਾ ਵੱਡਾ ਵੀਰ ਹੈਪੀ ਰੰਧਾਵਾ। ਅਤੇ ਬਾਕੀ ਜਿਹੜੇ ਮੁੱਖ ਮੰਤਰੀ ਦੇ ਕੱਟਰ ਫੈਨ ਵਾ, ਉਹ ਲਾਈਕ ਕਰਨ ਅਤੇ ਸ਼ੇਅਰ ਵੀ ਕਰਨ, ਕਮੈਂਟ ਵੀ ਕਰਨ। ਜਿਹੜੇ ਉਹਦੇ ਦੂਜੇ ਦੇ ਹੱਕ 'ਚ ਵਾ, ਉਹ ਬੇਸ਼ੱਕ ਅਨਲਾਈਕ ਕਰ ਸਕਦੇ ਆ ਵੀਡੀਓ ਨੂੰ, ਛੋਟਾ ਜਿਹਾ ਰਿਪਲਾਈ ਦੇਣ ਲੱਗਿਆ ਉਹਨੂੰ। ਅਤੇ ਵੀਰ ਮੇਰਾ ਲਾਈਕ ਸ਼ੇਅਰ ਕਰ ਦਿਓ। ਇੱਕ ਗੱਲ ਵਿੱਚ ਹੋਰ ਰਹਿ ਗਈ ਸੀ, ਉਹਨੇ ਕਿਹਾ ਵੀ ਉਹਨੇ ਗਾਲ ਕੱਢ ਕੇ ਇੱਕ ਗੱਲ ਮਾੜੀ ਮੁੰਡੇ ਦੀ, ਉਹਨੇ ਭੈਣ ਚੋਦ ਕਹਿ ਕੇ ਗੰਦ ਮਾਰਤਾ। ਵੀਰ ਜੀ ਉਹਨੇ ਗੰਦ ਨਹੀਂ ਮਾਰਿਆ, ਉਹ ਤਾਂ ਸਿਰਫ ਇੱਕ ਇੰਟਰਟੇਨਮੈਂਟ ਕੀਤਾ ਸੀ ਲੋਕਾਂ ਨੂੰ, ਵੀ ਹਸਾਉਣ ਵਾਸਤੇ ਜਿਹੜਾ ਹਸਾਉਂਦਾ ਰਹਿੰਦਾ ਇੰਟਰਟੇਨਮੈਂਟ ਕਰਦਾ ਰਹਿੰਦਾ। ਆਹ ਗੱਲ ਨਹੀਂ ਤੂੰ ਵੀ ਸਮਝ ਨਹੀਂ ਲੱਗੀ ਇਹਦੀ। ਅਤੇ ਵੀਰੇ ਇਹਦਾ ਮੈਂ ਰਿਪਲਾਈ ਇਹ ਵੀਰ ਨੂੰ ਦੇਣਾ ਚਾਹੁੰਦਾ ਇਕੱਲੇ ਨੂੰ ਹੀ, ਅਤੇ ਇਹ ਵੀਰ ਨੂੰ ਮੇਰਾ ਰਿਪਲਾਈ ਆ। ਉਹ ਕਹਿ ਮਾੜਾ ਕਿਉਂ ਲੋਕਾਂ ਨੇ ਖੋਰੂ ਪਾਇਆ ਏ, ਛੋਟੀ ਉਮਰ 'ਚ ਮੁੰਡੇ ਨੇ ਬੜਾ ਨਾਮ ਕਮਾਇਆ ਏ। ਕਹਿ ਮਾੜਾ ਕਿਉਂ ਲੋਕਾਂ ਨੇ ਖੋਰੂ ਪਾਇਆ ਏ, ਛੋਟੀ ਉਮਰ 'ਚ ਮੁੰਡੇ ਨੇ ਬੜਾ ਨਾਮ ਕਮਾਇਆ ਏ। ਜੇ ਪਾਣੀ ਹੋਵੇ ਗੰਦਾ ਮੈਂ ਤਾਂ ਪੁਣਦਾ ਹਾਂ, ਜੇ ਪਾਣੀ ਹੋਵੇ ਗੰਦਾ ਮੈਂ ਤਾਂ ਪੁਣਦਾ ਹਾਂ, ਤੇਰੇ ਕਰਕੇ ਮੁੱਖ ਮੰਤਰੀ ਗਣ ਧਮਕ ਬੇਸ ਦੇ ਸੁਣਦਾ, ਤੇਰੇ ਕਰਕੇ ਮੁੱਖ ਮੰਤਰੀ ਗਣ ਧਮਕ ਬੇਸ ਦੇ ਸੁਣਦਾ। ਜੇ ਵਧੀਆ ਲੱਗੇ ਲਾਈਕ ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਉਹ ਕੰਨੂ ਬਾਈ ਕੀ ਕਰੀ ਜਾਂਦਾ ਵਾ ਸਭ ਤੋਂ ਪਹਿਲੇ ਤੇ ਜਿਹੜੀ ਐਪ ਹੁੰਦੀ ਨਾ ਇਹਨੂੰ ਡਾਊਨਲੋਡ ਕਰਨਾ ਵਾ। ਕਿ ਤੁਸੀਂ ਵੀ ਯੂਟਿਊਬ ਦੇ ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਛੇਤੀ ਛੇਤੀ ਗੋ ਐਪ ਕਰੋ, ਯੂਟਿਊਬ ਗੋ ਐਪ ਕਰੋ ਅਤੇ ਨਜ਼ਾਰੇ ਲੁੱਟੋ। ਜਿਹੜੇ ਵੀਰ ਸਾਨੂੰ ਕਮੈਂਟ ਕਰਦੇ ਆ ਵਿੱਚ ਤੁਸੀਂ ਵਿਹਲੇ ਰਹਿੰਦੇ ਹੋ, ਵਿਹਲੇ ਰਹਿੰਦੇ ਹੋ, ਪਿਛਲੀ ਵੀਡੀਓ 'ਚ ਵੀ ਆਪਾਂ ਕਹਿ ਚੁੱਕੇ ਸੀ ਕਿ ਵੀਰ ਜੀ ਆਪਾਂ ਵਿਹਲੇ ਨਹੀਂ ਹੈਗੇ, ਇਹ ਸਿਰਫ 5 ਮਿੰਟ ਲੱਗਦੇ ਆ ਵੀਡੀਓ ਬਣਾਉਣ 'ਤੇ, ਬਣਾਈ ਜਾਂਦੇ ਆ, ਹੋਰ ਵੀ ਹੈਗੇ ਆ। ਅਤੇ ਜੇ ਵੀਰ ਮੇਰੇ ਉਹ ਜਿਹੜੇ ਵੀਡੀਓ ਵੇਖ ਕੇ ਕਮੈਂਟ ਕਰਦੇ ਹੁੰਦੇ ਨਾ, ਪਹਿਲਾਂ ਵੀਡੀਓ ਧੁਰ ਤੱਕ ਵੇਖ ਲਿਆ ਕਰੋ, ਫਿਰ ਕਮੈਂਟ ਸੋਚ ਸਮਝ ਕੇ ਕਰਿਆ ਕਰੋ ਥੋੜ੍ਹਾ ਜਿਹਾ। ਉਹ ਮੁੱਖ ਮੰਤਰੀ ਬਾਈ ਟੈਨਸ਼ਨ ਨਾ ਲੈ, ਤੇਰੇ ਨਾਲ ਆ, ਜਿਹੜਾ ਵੀ ਤੇਰੇ ਬਰਖਿਲਾਫ ਹੁਣ ਕੋਈ ਵੀਡੀਓ ਬਣਾਊਗਾ ਉਹਦਾ ਰਿਪਲਾਈ ਅਸੀਂ ਜ਼ਰੂਰ ਦੇਵਾਂਗੇ। ਆਹੋ ਉਹਨੂੰ ਰਿਪਲਾਈ ਆਪਾਂ ਠੋਕ ਕੇ ਦਿਆ ਕਰਨਾ ਵੀਰੇ, ਇੱਕ ਠੋਕ ਕੇ ਰਿਪਲਾਈ ਦੇਣਾ ਉਹਨੂੰ। ਹਾਂ ਚਲੋ ਜੀ, ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਸਾਰਿਆਂ ਦਾ ਧੰਨਵਾਦ ਇਹ ਵੀਡੀਓ ਵੇਖਣ ਲਈ। ਓਕੇ ਜੀ।